ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ 2 ਵਜੇ ਤੱਕ ਦੀਆਂ ਪੰਜ ਖਾਸ ਖਬਰਾਂ ਦੇ ਨਾਲ ਮੈਂ ਅਪਨੀਤ ਕੌਰ ਤੇ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਖਬਰ ਤੋਂ ਮੌਸਮ ਵਿਭਾਗ ਵੱਲੋਂ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਜਿੱਥੇ ਆਉਣ ਵਾਲੇ ਦਿਨਾਂ 'ਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਜਦਕਿ ਸੂਬੇ ਦੇ ਬਾਕੀ ਜ਼ਿਲ੍ਹਿਆਂ ਵਿੱਚ ਵੀ 50% ਦੀ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਇਸ ਤੋਂ ਬਾਅਦ ਵੀਰਵਾਰ ਤੱਕ ਪੰਜਾਬ ਵਿੱਚ ਮੀਂਹ ਦਾ ਅਲਰਟ ਨਹੀਂ ਹੈ ਪਰ ਵੀਰਵਾਰ ਤੋਂ ਇੱਕ ਵਾਰ ਫਿਰ ਤੋਂ ਮੌਸਮ ਵਿੱਚ ਬਦਲਾਅ ਹੋਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ 26 ਤਰੀਕ ਨੂੰ ਯਾਨੀ ਕਿ ਮੰਗਲਵਾਰ ਨੂੰ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਪਰ ਉਹਨਾਂ ਦਾ ਫਿਰੋਜ਼ਪੁਰ ਵਿੱਚ ਰੱਖਿਆ ਪ੍ਰੋਗਰਾਮ ਰੱਦ ਹੋ ਗਿਆ ਹੈ। ਅਮਿਤ ਸ਼ਾ ਮੰਗਲਵਾਰ ਨੂੰ ਅੰਮ੍ਰਿਤਸਰ ਆਉਣਗੇ ਜਿੱਥੇ ਉਹ ਨਾਰਥ ਜ਼ੋਨ ਕੌਂਸਲ ਦੀ ਬੈਠਕ ਦੀ ਪ੍ਰਧਾਨਗੀ ਕਰਨਗੇ। ਇਸ ਬੈਠਕ ਵਿੱਚ ਜੰਮੂ ਕਸ਼ਮੀਰ ਅਤੇ ਲਦਾਖ ਦੇ ਪ੍ਰਮੁੱਖ ਪ੍ਰਤੀਨਿਧੀ ਹਿੱਸਾ ਲੈਣਗੇ। बैठक ਵਿੱਚ ਅੰਦਰੂਨੀ ਸੁਰੱਖਿਆ ਦੇ ਵਿਕਾਸ ਨੂੰ ਲੈ ਕੇ ਗੱਲਬਾਤ ਕੀਤੀ ਜਾਵੇਗੀ 26 ਸਤੰਬਰ ਨੂੰ ਹੀ ਅਮਿਤ ਸ਼ਾਹ ਨੇ ਫਿਰੋਜ਼ਪੁਰ ਵਿੱਚ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਸੈਟੇਲਾਈਟ ਸੈਂਟਰ ਦਾ ਉਦਘਾਟਨ ਕਰਨਾ ਸੀ ਅਤੇ ਇੱਕ ਰੈਲੀ ਵੀ ਕਾਨੀ ਸੀ ਪਰ ਹੁਣ ਇਹ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਨੇ ਕੱਲ ਸ਼ਾਮ ਨੂੰ ਇੱਕ ਬਹੁਤ ਹੀ ਮਾੜੀ ਖਬਰ ਮਿਲੀ ਹੈ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਤਹਿਸੀਲ ਦੇ ਪਿੰਡ ਬਾਹੂਪੁਰ ਵਿੱਚ ਦੋ ਛੋਟੇ ਬੱਚਿਆਂ ਦੇ ਰੁੜ ਜਾਣ ਦੀ ਖਬਰ ਸਾਹਮਣੇ ਆਈ ਹੈ ਇਸ ਪਿੰਡ ਦੇ ਵਿੱਚ ਹੜ੍ਹ ਦੇ ਪਾਣੀ ਨੇ ਬਹੁਤ ਨੁਕਸਾਨ ਕੀਤਾ ਅਤੇ ਪਾਣੀ ਨੂੰ ਰੋਕਣ ਲਈ ਪਿੰਡ ਵਾਸੀਆਂ ਵੱਲੋਂ ਬੰਨ੍ਹ ਲਗਾਇਆ ਜਾ ਰਿਹਾ ਸੀ ਇਸ ਦੌਰਾਨ ਇਹ ਦੋ ਛੋਟੇ ਬੱਚੇ ਬੰਨ੍ਹ ਦੇ ਨੇੜੇ ਸੇਵਾ ਕਰਨ ਸਮੇਂ ਰੁੜ ਗਏ ਜ਼ਮੀਨ ਦੇ ਵਿੱਚ ਵੱਡੇ ਵੱਡੇ ਖੱਡੇ ਬਣੇ ਹੋਏ ਸਨ ਅਤੇ ਇਹ ਬੱਚੇ ਖੇਡਦੇ ਖੇਡਦੇ ਉਹਨਾਂ ਖੱਡਿਆਂ ਵੱਲ ਚਲੇ ਗਏ ਸਨ ਪਾਣੀ ਦੇ ਕਰਕੇ ਉਹ ਖੱਡੇ ਭਰ ਗਏ ਸਨ ਜਿਸ ਕਰਕੇ ਇਨ੍ਹਾਂ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਿਆ ਜਦੋਂ ਇੱਕ ਬੱਚਾ ਖੱਡੇ ਵਿੱਚ ਡਿੱਗ ਗਿਆ ਤਾਂ ਦੂਸਰੇ ਬੱਚੇ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਦੂਜਾ ਬੱਚਾ ਵੀ ਉਸ ਦੇ ਨਾਲ ਹੀ ਡਿੱਗ ਗਿਆ ਜਦੋਂ ਪਰਿਵਾਰ ਨੂੰ ਇਨ੍ਹਾਂ ਬੱਚਿਆਂ ਬਾਰੇ ਪਤਾ ਲੱਗਾ ਤਾਂ ਉਦੋਂ ਤੱਕ ਦੋਵੇਂ ਬੱਚਿਆਂ ਦੀ ਮੌਤ ਹੋ ਗਈ ਸੀ ਬੱਚਿਆਂ ਦੀ ਉਮਰ 7 ਸਾਲ ਅਤੇ ਇੱਕ ਦੀ 11 ਸਾਲ ਸੀ ਜਸੀਂ ਆਪਣੇ ਪੱਧਰ ਤੇ ਇਸ ਬੰਨ ਨੂੰ ਬੰਨ ਰਹੇ ਸੀ ਤਾਂ ਜੋ ਸਾਡੀ ਜਿਹੜੀ ਕਣਕ ਬਜਾਈ ਕਰ ਸਕੀਏ ਤੇ ਫਸਲ ਸਾਡੀ ਜਿਉਂ ਕੁਝ ਨਹੀਂ ਬਚਿਆ ਸੀ ਸਾਡੀ ਕੋਣ ਸਾਰੇ ਜਣੇ ਬਹੁਤ ਬੁਰਾ ਹੋਇਆ ਤੇ ਅਸੀਂ ਉਹਨੂੰ ਮੰਨ ਰਹੇ ਸੀ ਤਾਂ ਉੱਥੇ ਕਾਰਸੇਵਾ ਦੌਰਾਨ ਇਹ ਬੱਚੇ ਸਾਡੇ ਨਾਲ ਸੇਵਾ ਕਰ ਰਹੇ ਸੀ ਅੱਛਾ ਤੇ ਉਹ 4-500 ਦੇ ਕਰੀਬ ਉੱਥੇ ਲੋਕ ਸੀ ਤੇ ਇੱਥੇ ਜਿਹੜਾ ਹੜਾਂ ਦੇ ਨਾਲ ਖੱਡੇ ਬਣ ਗਏ ਸੀ ਛੋਟੇ-ਛੋਟੇ ਕੋਈ ਵੱਡੇ-ਵੱਡੇ ਖੱਡੇ ਬਣੇ ਸੀ ਜ਼ਮੀਨ ਦੇ ਵਿੱਚ ਹਾਂਜੀ ਤੇ ਉਹ ਜਿਹੜੇ ਕਿਸਾਨ ਦੇ ਬੱਚੇ ਜਿਹੜੇ ਜਿਨ੍ਹਾਂ ਦੀ ਬਹੁਤ ਹੋਈ ਉਹ ਆਪਣੀ ਜ਼ਮੀਨ ਦੇ ਵਿੱਚ ਖੱਡਿਆਂ ਦੇ ਵਿੱਚ ਖੇਡਦੇ-ਖੇਡਦੇ ਸਾਡੇ ਨੂੰ ਪਤਾ ਨਹੀਂ ਲੱਗਾ ਇੰਨੇ ਬੰਦਿਆਂ ਦੇ ਵਿੱਚ ਉਹ ਖੱਡੇ ਵੱਲੋਂ ਚਲ ਗਿਆ ਹੂੰ ਉਹ ਖੱਡੇ 'ਚ ਥੋੜੀ ਦਲਦਲ ਸੀ ਤੇ ਇੱਕ ਜਿਹੜਾ ਕੱਲ ਮੀਂਹ ਪਿਆ ਵਾ ਬਰਸਾਤ ਹੋਈ ਆ ਉਹਦੇ ਨਾਲ ਉਹ ਖੱਡੇ ਭਰਗੇ ਸੀ ਬਰਸਾਤ ਹੋਣ ਨਾਲ ਅੱਛਾ ਤੇ ਉਹ ਬੱਚਾ ਸਾਡਾ ਇੱਕ ਕੋਈ ਜਦੋਂ ਡਿੱਗਾ ਦੂਸਰੇ ਨੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਆ ਤੇ ਬੱਚੇ ਉਹਦੇ ਵਿੱਚ ਡੁੱਬ ਗਏ ਆ ਜੀ ਤੇ ਬਾਅਦ ਵਿੱਚ ਸਾਡੇ ਪਰਿਵਾਰਾਂ ਨੇ ਦੇਖਿਆ ਵੀ ਬੱਚੇ ਨਹੀਂ ਮਿਲ ਰਹੇ ਆਸ-ਪਾਸ ਦੇ ਘਰਾਂ ਨੂੰ ਅਸੀਂ ਜਾ ਕੇ ਮੁਲੱਬੇ ਘਰਾਂ 'ਚ ਦੇਖਿਆ ਜਾਂ ਝਾੜੀਆਂ 'ਚ ਦੇਖਿਆ ਬੱਚੇ ਨਹੀਂ ਫਿਰ ਸਾਨੂੰ ਉੱਤੇ ਪੈਰਾਂ ਦੇ ਨਿਸ਼ਾਨ ਇਹਨਾਂ ਦੇ ਨਜ਼ਰ ਆਏ ਰੇਤਾ ਦੇ ਉੱਪਰ ਬੱਚਿਆਂ ਦੇ ਤੇ ਜਦੋਂ ਵਿੱਚ ਉਤਰਿਆ ਤੇ ਸਾਨੂੰ ਇਹਨਾਂ ਦੀ ਮ੍ਰਿਤਕ ਹਾਲ 'ਚ ਇਹ ਮਿਲੇ ਅਸੀਂ ਜਿਨ੍ਹਾਂ ਨੂੰ ਅਸੀਂ ਪੁਰੀ ਸੁਲਤਾਨਪੁਰ ਸਿਵਲ ਹਸਪੀਟਲ ਵੇਖੇ ਲੈ ਕੇ ਗਏ ਆ ਤੇ ਜਿੱਥੇ ਇਹਨਾਂ ਨੇ ਮੇਰੇ ਤੇ ਕੋਸ਼ਿਸ਼ ਕਰ ਦਿੱਤਾ ਜੀ। ਓਹੋ ਅੱਛਾ ਜੀ ਬਹੁਤ ਮਾੜੀ ਘਟਨਾ ਹੈਗੀ ਹੈ ਤੇ ਇਹ ਮਤਲਬ ਜਿੱਥੇ ਬੰਨ ਬਨ ਰਹੇ ਸੀਗੇ ਇੰਨੇ ਲੋਕ ਉਹ ਤੋਂ ਥੋੜੀ ਦੂਰ ਜਾ ਕੇ ਸੀ ਤਾਂ ਹੀ ਨਹੀਂ ਲੋਕਾਂ ਨੂੰ ਪਤਾ ਲੱਗਿਆ। ਨਹੀਂ ਜੀ ਬਹੁਤ ਵੱਧ ਕਿਸਮ ਦੀ ਹੈ ਸਾਡੀ ਬਿਲਕੁਲ ਨੇੜੇ ਸਾਡੇ। ਇਹ ਸਾਨੂੰ ਪਤਾ ਨਹੀਂ ਕਿੱਦਾਂ ਨਹੀਂ ਚੱਲਿਆ ਨਾ ਹੀ ਕੋਈ ਉੱਥੇ ਓਲਾਵਾ ਜੀ ਤੇ ਇਹ ਜੋ ਕੁਝ ਹੋਇਆ ਸਭ ਅਸੀਂ ਇਹਦੇ ਵਿੱਚ ਸਰਕਾਰ ਨੂੰ ਦੋਸ਼ੀ ਠਰ ਆਉਂਦੇ ਆ। ਕੀ ਸਰਕਾਰ ਇਹ ਕੰਮ ਕਰਦੀ ਤੇ ਸਾਨੂੰ ਬੱਚੇ ਨਾ ਜਾਂਦੇ ਉੱਥੇ ਅਸੀਂ ਨਾ ਜਾਂਦੇ ਫਰੀਦਕੋਟ ਵਿੱਚ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਯਾਦ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਇਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੱਢਿਆ ਗਿਆ ਸੀ ਜੋ ਕਿ ਗੁਰਦੁਆਰਾ ਟਿੱਲਾ ਸਾਈਂ ਬਾਬਾ ਫਰੀਦ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਗੋਦੜੀ ਸਾਈਂ ਵਿਕੇ ਸਮਾਪਤ ਹੋਇਆ ਇਸ ਮੌਕੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਜਿਸ ਵਿੱਚ ਸਕੂਲੀ ਬੱਚਿਆਂ ਨੇ ਸ਼ਾਨਦਾਰ ਕਲਾ ਦਾ ਪ੍ਰਦਰਸ਼ਨ ਕੀਤਾ ਨਾਲ ਹੀ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਇਸ ਨਗਰ ਕੀਰਤਨ ਦਾ ਹਿੱਸਾ ਬਣੀਆ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਫੁੱਲਾਂ ਦੇ ਨਾਲ ਸਜਾਈ ਪਾਰਕੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਏਸ਼ੀਆਈ ਖੇਡਾਂ ਦੀ ਚੀਨ ਦੇ ਵਿੱਚ ਸ਼ੁਰੂਆਤ ਹੋ ਗਈ ਹੈ ਉਦਘਾਟਨ ਸਮਾਰੋਹ ਦੌਰਾਨ ਭਵਿੱਖ ਦੀ ਕਾਰਬਨ ਰਹਿਤ ਆਤੀਸ਼ਵਾਦੀ ਦੀ ਝਲਕ ਦੀ ਸੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਖੇਡਾਂ ਦੇ ਸ਼ੁਰੂ ਹੋਣ ਦਾ ਐਲਾਨ ਕੀਤਾ ਭਾਰਤੀ ਦਲ ਦੇ ਮਾਚ ਦੌਰਾਨ ਝੰਡਾ ਬਰਦਾਰ ਹਰਮਨਪ੍ਰੀਤ ਸਿੰਘ ਅਤੇ ਲਵਰੀਨਾ ਬੋਰਗੋਹੇਨ ਤਿਰੰਗਾ ਲੈ ਕੇ ਸਭ ਤੋਂ ਅੱਗੇ ਚੱਲ ਰਹੇ ਸਨ 8 ਅਕਤੂਬਰ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਏਸ਼ੀਆ ਦੇ 45 ਦੇਸ਼ਾਂ ਦੇ ਖਿਡਾਰੀ 40 ਖੇਡਾਂ ਅਤੇ 61 ਮੁਕਾਬਲਿਆਂ ਵਿੱਚ 481 ਸੋਨ ਤਗਮੇ ਲਈ ਜੋਰ ਅਜਮਾਈਸ਼ ਕਰਨਗੇ ਟੂਰਨਾਮੈਂਟ ਵਿੱਚ 12000 ਐਥਲੀਟ ਹਿੱਸਾ ਲੈ ਰਹੇ ਨੇ ਲਗਭਗ 80000 ਦਰਸ਼ਕਾਂ ਦੀ ਸਮਰੱਥਾ ਵਾਲਾ big lotus stadium ਮ ਖਿਡਾਰੀਆਂ ਦੇ ਸਵਾਗਤ ਲਈ ਸ਼ਿੰਗਾਰਿਆ ਗਿਆ ਤੇ ਚੀਨ ਦੇ ਹਾਂਗਜ਼ੋ ਵਿੱਚ ਚੱਲ ਰਹੇ 19ਵੇਂ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ ਹੁਣ ਤੱਕ 5 ਮੈਡਲ ਆਪਣੇ ਨਾਮ ਕੀਤੇ ਨੇ ਬਿਊਰੋ ਰਿਪੋਰਟ ਦਾ ਖਾਲਸ ਟੀਵੀ